चल बुलिया चल उथे चलिए जिथे चलन हवाम ठंडिया ओ बामा दे मैं संग रल जामा ओ मेरे साई दे तरनू चलिया ओ मेरे साई दे तरनू चली थैंक यू माई मैन हैव ए सेफ जर्नी ब्रो पंजाब जा के फोन करके चेते नाल दस दी ठीक ठाक पहुँच गया क्योंकि पंजाब की धरती से पैर पा के बंदा भुल जाता कनेडा नू सही आ अपने पंजाब के पिंड तो जन्नत ने जन्नत मिलदे फिर जीवन साथी तो बिना जिंदगी जीनी बड़ी औखी है इन्नी काली काली सी रब्बा तेनू कदे सोचा भी नहीं सी कि एहो जी वीरानगी आऊगी जिंदगी च स्याणे आखदे आ जिन्नी मिली आ हस के कट्टो मौत तां मुलाकात दा भी टाइम नहीं दिंदी अज सवीर दा की पता सी के इन्नी छेती वाज वाजू गुरमीत वीर की हाल है से ठीक है हां जी भैन जी ठीक है वेख मेरा वीर इस चा उदास नहीं होई दा हमेशा उस मालक दे पानी च रही दा चल उठ इन्ना नहीं सोची दा जिन्हें जिंदगी दिती आ उन्हें कुछ तो सोचे ही हो उदास नहीं हो गुरबाणी का फरमान है जो आया सो चल सी सब कोई आई वारी है अज माही ने सियाना नी मैं बन के पटोला ओ दे सामने सियाना आना हदा तो हदा तो पर दिलबाग ने तो ऑफिस तो आना पर एक गल तो है जिंदगी दी जंग तो हरेक नू लड़नी पैंदी आ भावे बॉर्डर ते होवे भावें ऑफिस दी होवे भावें आ मेरी किचन दी मैं भी तो सवेर दी ने नाइफ मार मार के कद्दूआं नूं पुट्ठा कीता पिया मैनू लगदा आ गए आओ जी आओ वेलकम जी वेलकम आ जाओ किद्दां रिहा तुहाडा दिन बहुत वधिया तू सुना तेरी किचन किवें चलदी आ मेरी भी पूरी वधिया वाओ वेरी नाइस स्मेल की बनाया फिर अज मैं ता कद्दू ते गंडियां नाल जंग करके हटी हां अज ता मस्ती दे मूड च पूरी क्यों की गल आ
ਹੁਣ ਤੁਸੀਂ ਹਫ਼ਤੇ ਤੱਕ 20 ਦਿਨਾਂ ਲਈ ਇੰਡੀਆ ਚਲੇ ਜਾਣਾ। ਹੁਣ ਜ਼ਿੰਦਗੀ ਵਿੱਚ ਨਾ ਕਦੇ ਕਦੇ ਇਕੱਲਾਪਨ ਬੜਾ ਹੀ ਤੰਗ ਕਰਦਾ। ਮੈਂ ਸੋਚਦੀ ਹਾਂ ਕਿ ਮੈਂ ਤੁਹਾਡੇ ਨਾਲ ਹੀ ਚਲੀ ਜਾਵਾਂ। ਹਾਂਜੀ ਦਿਲਬਾਗ। ਹਾਂਜੀ, ਕੀ ਹਾਲ ਚਾਲ ਆ? ਠੀਕ ਠਾਕ। ਆ ਜਾਓ ਬੈਠੋ। ਆਹ ਆਪਣੇ ਪ੍ਰੋਜੈਕਟ ਬਹੁਤ ਵਧੀਆ ਸੇਲ ਦੇ ਵਿੱਚ ਚੱਲ ਰਹੇ ਆ। ਆਹ ਆਲਮੋਸਟ ਹਾਫ ਮੋਰ ਦੈਨ ਹਾਫ ਸੇਲ ਦੇ ਉੱਤੇ ਆ। ਆਹ ਵੀ ਆਪਣਾ ਬਹੁਤ ਵਧੀਆ ਚੱਲ ਰਿਹਾ ਹੈਗਾ ਵਾ। ਸੋ ਮੈਂ ਇਹ ਚਾਹੁੰਦਾ ਸੀ ਵੀ ਜਿਹੜਾ ਆਪਣਾ ਆਹ ਪ੍ਰੋਜੈਕਟ ਆ ਨਾ, ਆਪਾਂ ਇਹਦੇ 'ਤੇ ਵੀ ਕੰਮ ਕਰੀਏ, ਕਿਉਂਕਿ ਜਿਹੜਾ ਇਹ ਇਸ ਵਕਤ ਦਾ ਸਭ ਤੋਂ ਹੌਟ ਪ੍ਰੋਜੈਕਟ ਆ। ਇਹਦੀ ਮੀਟਿੰਗ ਮੈਂ ਅਗਲੇ ਵੀਕ ਦੇ ਵਿੱਚ ਆਪਣੇ ਇੰਜੀਨੀਅਰ ਅਤੇ ਆਪਣੀ ਜਿਹੜੀ ਟੀਮ ਹੈਗੀ ਆ ਸਾਰਿਆਂ ਨੂੰ ਇਕੱਠੇ ਕਰਕੇ ਪਲਾਨ ਕਰਦੇ ਹਾਂ ਤਾਂ ਕਿ ਸੇਲ ਪ੍ਰੋਸੈਸ ਨੂੰ ਆਪਾਂ ਪ੍ਰੋਪਰਲੀ ਸਮੂਥ ਕਰ ਸਕੀਏ। ਇੱਕ ਮਿੰਟ ਬਲਜਿੰਦਰ, ਇੰਡੀਆ ਤੋਂ ਫੋਨ ਇਸ ਵੇਲੇ? ਦਰਬਾਗ, ਇੰਡੀਆ ਤਾਂ ਰਾਤ ਦੇ 12:30 ਵਜੇ ਆ ਇਸ ਵੇਲੇ ਫੋਨ। ਸੁੱਖ ਹੋਵੇ ਯਾਰ। ਹੈਲੋ। ਹਾਂ ਹੈਲੋ ਦਿਲਬਾਗ। ਹਾਂਜੀ ਹਾਂਜੀ। ਹਾਂ ਹਾਂ ਦਿਲਬਾਗ, ਮੈਂ ਕੈਲਾ ਬੋਲਦਾ, ਕਰਨੈਲ ਨੰਬਰਦਾਰਾਂ ਦਾ। ਹਾਂ ਕਰਨੈਲ, ਕੀ ਹਾਲ ਆ ਵੀਰੇ? ਠੀਕ ਠਾਕ ਹੋ? ਇੰਨਾ ਲੇਟ ਅੱਧੀ ਰਾਤੀ ਫੋਨ? ਹਾਲ ਤਾਂ ਬਾਈ ਬਸ ਕੀ ਦੱਸਾਂ ਯਾਰ, ਬਾਈ ਬਾਹਲਾ ਜਲੀਲ ਕਰਦੇ ਆ ਯਾਰ। ਉਹ ਗੱਲ ਤਾਂ ਦੱਸ ਕੀ ਹੋਈ ਆ? ਬਾਈ ਬਾਹਲੀ ਬੇਇੱਜ਼ਤੀ ਕਰਦੇ ਆ ਯਾਰ। ਕਰਨੈਲ ਬਾਈ, ਗੱਲ ਤਾਂ ਦੱਸ ਕੀ ਹੋਈ ਆ? ਹੌਸਲਾ ਰੱਖ ਮੇਰੇ ਵੀਰ, ਹੌਸਲਾ ਰੱਖ। ਕੀ ਦੱਸਾਂ ਯਾਰ, ਬਾਈ ਯਾਰ ਮਰਨ ਨੂੰ ਜੀ ਕਰਦਾ ਯਾਰ। ਕਰਜ਼ਾ ਲਿਆ ਸੀ ਤੇ ਹੁਣ ਮੋੜਨ ਚ ਦਿੱਕਤ ਆਉਂਦੀ ਆ। ਉੱਤੋਂ ਕੁੜੀ ਦਾ ਵਿਆਹ ਰੱਖਤਾ, ਜੇ ਮੈਂ ਕੁੜੀ ਦੇ ਵਿਆਹ ਬਾਰੇ ਗੱਲ ਕਰਦਾ ਤਾਂ ਪਿੰਡ ਚ ਬਾਈ ਯਾਰ ਬਾਹਲਾ ਜਲੀਲ ਕਰਦੇ ਆ ਯਾਰ। ਪਰ ਇਹ ਤਾਂ ਦੱਸ, ਕਰਜ਼ਾ ਕਿੰਨਾ ਕਾ? ਕਰਜ਼ਾ ਤਾਂ ਦਿਲਬਾਗ 1.25 ਲੱਖ ਆ। ਮੈਂ ਉਹਨੂੰ ਕਿਹਾ ਸੀਗਾ ਫਸਲਾਈ ਤੋਂ ਮੋੜ ਦੂੰ, ਪਰ ਪਿੰਡ 'ਚ ਬਾਹਲੀ ਬੇਇੱਜ਼ਤੀ ਕਰਦਾ ਯਾਰ। ਮੈਂ ਅੱਜ ਦਿਲਬਾਗ ਰੇਲਵੇ ਲਾਈਨ 'ਤੇ ਬਹਿ ਕੇ ਮੁੜ ਕੇ ਆਇਆ ਵੀ ਮਰਨ ਨੂੰ ਜੀ ਕਰਦਾ ਯਾਰ। ਦੇਖ ਕਰਨੈਲ ਵੀਰੇ, ਹੌਸਲਾ ਰੱਖ ਹੌਸਲਾ। ਖੁਦਕੁਸ਼ੀ ਕਰਨਾ ਪਾਪ ਆ, ਵੱਡਾ ਪਾਪ। ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀਆਂ ਨੇ ਸਾਨੂੰ ਹਰ ਜ਼ੁਲਮ ਦਾ ਟਾਕਰਾ ਕਰਨਾ ਸਿਖਾਇਆ, ਹਰ ਮੁਸੀਬਤ ਦਾ ਟਾਕਰਾ ਕਰਨਾ ਸਿਖਾਇਆ। ਆਪਾਂ ਇਹ ਕਦੇ ਸੋਚਣਾ ਵੀ ਨਹੀਂ, ਚੜ੍ਹਦੀ ਕਲਾ ਵਾਲੇ ਬੰਦੇ ਆ ਆਪਾਂ, ਚੜ੍ਹਦੀ ਕਲਾ ਵਾਲੀ ਆਪਣੀ ਕੌਮ ਆ। ਤੂੰ ਕਦੇ ਇਹੋ ਜਿਹਾ ਸੋਚਣਾ ਵੀ ਨਹੀਂ ਮੇਰੇ ਵੀਰ। ਮੈਂ ਨਾ ਹਫ਼ਤੇ ਕੁ ਤੱਕ ਇੰਡੀਆ ਆ ਰਿਹਾ, ਪੰਜਾਬ। ਆਪਾਂ ਬੈਠ ਕੇ ਗੱਲ ਕਰਦੇ ਆ। ਠੀਕ ਆ ਬਾਈ, ਠੀਕ ਆ ਫਿਰ। ਠੀਕ ਆ, ਮਿਲਦੇ ਆ ਫਿਰ। ਚੰਗਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
दिलबाग की गल होगी, ठीक तो है सब कुछ? ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਉਹ ਸਤਿ ਸ੍ਰੀ ਅਕਾਲ ਦਿਲਬਾਗ, ਕੀ ਹਾਲ ਆ ਛੋਟੇ ਵੀਰ? ਬਹੁਤ ਵਧੀਆ ਬਾਈ ਜੀ, ਬਹੁਤ ਵਧੀਆ। ਤੁਸੀਂ ਸੁਣਾਓ ਜੀ, ਠੀਕ ਠਾਕ ਹੋ? ਪਤਾ ਚੱਲਿਆ ਸੀ ਤੂੰ ਇੰਡੀਆ ਜਾ ਰਿਹਾ। ਹਾਂਜੀ ਹਾਂਜੀ ਬਾਈ ਜੀ, ਮੈਂ ਚੱਲਿਆ ਜੀ, ਅਗਲੇ ਹਫ਼ਤੇ ਚੱਲਿਆ ਪੰਜਾਬ 20 ਦਿਨਾਂ ਲਈ। ਉਹ ਮੇਰਾ ਯਾਰ ਇੱਕ ਛੋਟਾ ਜਿਹਾ ਕੰਮ ਕਰੇਗਾ ਛੋਟੇ ਵੀਰ? ਹਾਂਜੀ ਹਾਂਜੀ ਬਾਈ ਜੀ, ਦੱਸੋ ਜ਼ਰੂਰ। ਉਹ ਇੱਕ ਸੂਟਕੇਸ ਹੈ ਯਾਰ, ਜੇ ਲੈ ਜਾਈਂ ਤਾਂ। ਬਿਲਕੁਲ ਲੈ ਜੂੰਗਾ ਜੀ। ਚੱਲ ਠੀਕ ਹੈ, ਫਿਰ ਆਉਣਾ ਮੈਂ, ਤੈਨੂੰ ਸੂਟਕੇਸ ਫੜਾ ਕੇ ਜਾਣਾ। ਠੀਕ ਹੈ ਬਾਈ ਜੀ, ਆ ਜਾਓ, ਮਿਲਦੇ ਹਾਂ ਫਿਰ। ਸਤਿ ਸ੍ਰੀ ਅਕਾਲ ਜੀ। ਆਜੋ, ਕੀ ਗੱਲ, ਅੱਜ ਬੜੇ ਉਦਾਸ ਲੱਗ ਰਹੇ ਹੋ। ਜਦੋਂ ਦਾ ਕਰਨੈਲ ਬਾਈ ਦਾ ਫੋਨ ਆਇਆ ਨਾ, ਦਿਮਾਗ ਤੇ ਮਨ ਦੋਨੇ ਉੱਥੇ ਜੁੜੇ ਰਹਿੰਦੇ ਆ। ਅੱਜ ਨਾ ਮਨ ਡਾਵਾਂਡੋਲ ਰਿਹਾ। ਕਈ ਵਾਰ ਨਾ ਪ੍ਰੀਤ, ਲੋਕ ਥੋੜੇ ਪੈਸਿਆਂ ਦੀ ਖਾਤਰ ਹੀ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਆ। ਬੜਾ ਔਖਾ ਲੱਗਦਾ ਕਈ ਵਾਰ ਸੁਣ ਕੇ। ਬਾਕੀ ਨਾ ਉਹ ਗੁਰਮੀਤ ਬਾਈ ਜੀ ਕਹਿੰਦੇ ਸੀ ਆ ਰਹੇ ਆ, ਮੇਰਾ ਖਿਆਲ ਪਿੱਛੇ ਹੀ ਹੋਣੇ ਆ। ਠੀਕ ਹੈ, ਆ ਮੈਨੂੰ ਲੱਗਦਾ ਆਈ ਗਏ। ਸਤਿ ਸ੍ਰੀ ਅਕਾਲ ਭਾਜੀ। ਆਓ ਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹੋਰ ਬਾਈ ਜੀ, ਕੰਮ ਤੋਂ ਆ ਰਹੇ ਹੋ? ਨਹੀਂ ਨਹੀਂ, ਮੈਂ ਤਾਂ ਘਰੋਂ ਹੀ ਆਇਆ। ਉਹ ਠੀਕ ਆ। ਹੋਰ ਕਰਨ ਹੁਣਾਂ ਦਾ ਕੀ ਹਾਲ ਚਾਲ ਆ? ਸਾਰੇ ਆਪੋ ਆਪਣੀ ਜਗ੍ਹਾ ਠੀਕ ਆ। ਤੂੰ ਸੁਣਾ ਛੋਟੀ ਵੀਰ, ਸਾਰੇ ਪਰਿਵਾਰ ਦਾ ਕੀ ਹਾਲ ਹੈ? ਹਾਂਜੀ ਠੀਕ ਠਾਕ ਆ, ਕਿਰਪਾ ਮਾਲਕ ਦੀ। ਇਹ ਦੱਸੋ ਸਿਹਤਾਂ ਕਿਵੇਂ ਨੇ, ਠੀਕ ਠਾਕ ਹੋ? ਸਿਹਤਾਂ ਠੀਕ ਆ, ਬਸ ਜਸਵੀਰ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਲੀਹ ਤੇ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਭਾਅ ਜੀ, ਭੈਣ ਜੀ ਦਾ ਐਕਸੀਡੈਂਟ ਵਿੱਚ ਜਾਣ ਦਾ ਸੁਣ ਕੇ ਨਾ ਬੜਾ ਹੀ ਦੁੱਖ ਲੱਗਿਆ। ਇਹ ਜਸਵੀਰ ਦਾ ਸੂਟਕੇਸ ਹੈ, ਇਹਦੇ ਵਿੱਚ ਉਹਦਾ ਨਵਾਂ ਪੁਰਾਣਾ ਸਮਾਨ ਤੇ ਹੋਰ ਨਿੱਕ ਸੁੱਕ ਕਿਸੇ ਲੋੜਵੰਦ ਨੂੰ ਦੇ ਦੀ। ਜਦੋਂ ਵੀ ਜਸਵੀਰ ਦੇ ਸਮਾਨ ਵੱਲ ਦੇਖਦਾ ਨਾ, ਮਨ ਉਦਾਸ ਹੋ ਜਾਂਦਾ। ਠੀਕ ਹੈ ਛੋਟੇ ਵੀਰ, ਮੈਂ ਚੱਲਦਾ। ਬਾਈ ਜੀ ਬੈਠਦੇ, ਇੰਨੀ ਜਲਦੀ ਚੱਲੇ ਹੋ? ਮੈਂ ਕਰਨ ਨੂੰ ਪਿੱਕ ਕਰਨਾ। ਭਾਜੀ ਤੁਸੀਂ ਰੋਟੀ ਖਾ ਕੇ ਜਾਇਓ। ਫੇਰ ਕਦੇ ਸਹੀ। ਆਪਾਂ ਪਹਿਲਾਂ
ਗ੍ਰੋਸਰੀ ਨਾ ਕਰੇ ਆਈਏ? ਓ ਯਾ, ਲੈਟਸ ਗੋ ਟੂ ਦ ਮਾਲ, ਲੈਟਸ ਗੋ ਸ਼ਾਪਿੰਗ। ਨੋ ਨੋ, ਆਪਾਂ ਇਦਾਂ ਕਰੋ, ਤੁਸੀਂ ਕੱਲ ਨੂੰ ਜਾਣਾ ਆ, ਆਪਾਂ ਇਦਾਂ ਕਰੋ, ਪਹਿਲਾਂ ਘਰ ਜਾ ਕੇ ਪੈਕਿੰਗ ਕਰਦੇ ਆਂ। ਚਲੋ ਫਿਰ ਘਰ ਨੂੰ ਚੱਲ, ਹੈ ਨਾ? ਠੀਕ ਹੈ, ਚਲੋ ਚਲੋ ਘਰੇ ਚੱਲ। ਚਲੋ ਪੁੱਤ ਚੱਲੀਏ। When me and the dog get home, we're playing outside. Okay, but koi na khed leo bar. Baki na Upreet jehda bhai suitcase phada ke gaya, oh mainu lagda kuch zyada para. So, ohde chon samaan kadd ke mere wale ch pauna paina. Haan ji, theek hai. ਪ੍ਰੀਤ, ਹਾਂਜੀ, ਤੂੰ ਚਾਹ ਕਰ ਤੇ ਮੈਂ ਨਾ ਸਮਾਨ ਪੈਕ ਕਰਦਾ ਤੇ ਫਿਰ ਆਪਾਂ ਬਹਿੰਦੇ ਆ। ਓਕੇ, ਮੈਂ ਚਾਹ ਬਣਾਉਂਦੀ ਆ। ਪ੍ਰੀਤ ਓਏ, ਗੱਲ ਸੁਣ ਮਾੜੀ ਜੀ। ਆ ਜਿਹੜਾ ਬਾਈ ਸੂਟਕੇਸ ਫੜਾ ਕੇ ਗਿਆ, ਉਹਦੇ ਚੋਂ 100-100 ਦੇ 20 ਨੋਟ ਨਿਕਲੇ ਆ। ਅੱਛਾ, ਫਿਰ ਤੁਸੀਂ ਭਾਅ ਜੀ ਨੂੰ ਫੋਨ ਕਰੋ, ਜਾਂ ਤਾਂ ਉਹ ਆ ਕੇ ਲੈ ਜਾਣ ਜਾਂ ਤੁਸੀਂ ਫੜਾਇਆ ਉਹਨਾਂ ਨੂੰ। ਮੈਂ ਵੀ ਇਹੀ ਸੋਚਦਾ ਸੀ, ਉਹਨਾਂ ਨੂੰ ਹੁਣੇ ਫੋਨ ਕਰਾਂ। ਮੈਂ ਕਰਦਾ ਫੋਨ, ਠੀਕ ਆ। ਦਿਲਬਾਗ, ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ? ਵਧੀਆ ਵਧੀਆ। ਉਹ ਬਾਈ ਜੀ, ਜਿਹੜਾ ਤੁਸੀਂ ਸੂਟਕੇਸ ਫੜਾ ਕੇ ਗਏ ਹੋ ਭੈਣ ਜੀ ਹੋਰਾਂ ਦਾ? ਹਾਂਜੀ ਜੀ, ਉਹਦੇ ਵਿੱਚ ਨਾ, ਹਾਂਜੀ ਹਾਂਜੀ, 100-100 ਦੇ 20 ਨੋਟ ਨੇ। ਉਹ ਜਾਂ ਤਾਂ ਕਿਸੇ ਦਿਨ ਤੁਸੀਂ ਫੜ ਕੇ ਲੈ ਜਾਓ ਜਾਂ ਫਿਰ ਮੈਂ ਫੜਾ ਜਾਊਂ। ਨਹੀਂ ਨਹੀਂ ਛੋਟੇ ਵੀਰ ਦਿਲਬਾਗ, ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਉਹਦਾ ਤੁਰ ਜਾਣ ਵਾਲੀ ਜਾਣੇ ਉਹਨੇ ਕਿਉਂ ਰੱਖੇ ਨੇ। ਤੂੰ ਨਾ ਐ ਕਰੀ, ਇਹ ਪੈਸੇ ਕਿਸੇ ਲੋੜਵੰਦ ਨੂੰ ਦੇ ਦੀ ਤੇ ਉਹਨੂੰ ਇਹ ਕਹਾਣੀ ਜ਼ਰੂਰ ਦੱਸੀ, ਉਹ ਦੁਆਵਾਂ ਦੇਵੇਗਾ। ਕਰਮਾਂ ਵਾਲੀ ਜਿੱਥੇ ਵੀ ਹੋਊਗੀ ਉਹਦੀ ਰੂਹ ਨੂੰ ਸਕੂਨ ਮਿਲੂਗਾ। ਠੀਕ ਆ ਬਾਈ ਜੀ, ਜਿਵੇਂ ਤੁਸੀਂ ਕਹਿੰਦੇ ਹੋ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਕਿਸ ਦੀ ਲੋੜ, ਕਿਹੜੇ ਵੇਲੇ ਕੌਣ ਪੂਰੀ ਕਰ ਦੇਵੇ? ਇਸ ਕਿਸਮ ਦੇ ਹਿਸਾਬ ਕਿਤਾਬ ਰੱਖਣੇ ਤਾਂ ਸ਼ਾਇਦ ਅਜੇ ਬੰਦੇ ਦੇ ਵੱਸ ਵਿੱਚ ਨਹੀਂ ਹੋਏ। ਕਾਸ਼ ਰੱਬ ਕਰੇ ਕੁਝ ਇਦਾਂ ਦਾ ਹੋ ਜਾਵੇ ਕਿ ਕਿਸੇ ਦੇ ਸੁਪਨੇ ਟੁੱਟਣ ਤੋਂ ਪਹਿਲਾਂ ਰਾਹ ਵਿੱਚ ਰੁਕਾਵਟਾਂ ਬਣ ਰਹੀਆਂ ਸ਼ੀਸ਼ੇ ਦੀਆਂ ਸਾਰੀਆਂ ਕੰਧਾਂ ਢੇਰੀ ਹੋ ਜਾਵਣ। ਓਏ ਚੱਲ ਓਏ ਬੁੱਲਿਆ, ਗੁਣ ਰੱਬ ਦੇ ਗਾਈਏ,
ਚਾ ਰਲੀਏ ਨਾਲ ਫਕੀਰਾਂ ਓ ਮਾਲਕ ਦੇ ਦਰ ਅਮਲ ਨੇ ਜਾਣੇ ਇਹ ਝੂਠੀਆਂ ਸਭ ਜਗੀਰਾਂ ਓ ਬੁਲਿਆ